ਕਿਹੜੇ ਸ਼ਬਦਾਂ ਨਾਲ ਬਿਆਨ ਕਰਾਂ, ਕਿਹੜੇ ਸ਼ਬਦਾਂ ਨਾਲ ਬਿਆਨ ਕਰਾਂ ਜੋ ਡਿਊਟੀ ਜੋ ਜ਼ਿੰਮੇਵਾਰੀ ਸ਼ਹੀਦ ਕਿਸਾਨਾਂ ਨਿਭਾਈਏ। ਆਓ ਰਲ ਕੇ ਸਾਰੇ ਪ੍ਰਣਾਮ ਕਰੀਏ, ਅੱਜ ਹਰ ਕਿਸਾਨ ਦਾ ਰੋਮ ਰੋਮ ਕਰ ਜਾਈਏ ਬਈ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਜਾਨ ਤੱਕ ਨਿਸ਼ਾਵਰ ਕਰਨ ਵਾਲੇ ਉਹਨਾਂ ਕਿਸਾਨਾਂ ਨੂੰ ਜੋ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਉਹਨਾਂ ਦੇ ਸ਼ਰਧਾਂਜਲੀ ਸਮਾਗਮ ਕਰ ਰਹੇ ਹਾਂ ਜਿਨ੍ਹਾਂ ਕਿਸਾਨਾਂ ਨੇ ਇਸ ਅੰਦੋਲਨ ਦੇ ਇਤਿਹਾਸ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕੋਈ ਭੁੱਲ ਗਿਆ ਮਕਸਦ ਆਉਣ ਦਾ, ਕੋਈ ਭੁੱਲ ਗਿਆ ਮਕਸਦ ਆਉਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ ਗੁਲਾਮ ਫਰੀਦਾ, ਇੱਥੇ ਸਭ ਮੁਸਾਫਰ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ। ਕਹਿਣ ਦਾ ਮਤਲਬ, ਚਲਾ ਤਾਂ ਸਾਰਿਆਂ ਨੇ ਜਾਣਾ, ਪਰ ਜੇ ਕੋਈ ਆਪਣਾ ਫਰਜ਼ ਪੂਰਾ ਕਰਦਾ ਹੈ, ਆਪਣੇ ਹੱਕਾਂ ਦੀ ਲੜਾਈ ਵਿੱਚ ਆਪਣਾ ਕਿਰਦਾਰ ਨਿਭਾਉਂਦਾ ਹੈ, ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ, ਆਪਣੀ ਜਾਨ ਤੱਕ ਕੁਰਬਾਨ ਕਰਦਾ ਹੈ, ਤਾਂ ਉਸ ਨੂੰ ਲੋਕ ਜਿਹੜੇ ਸਿਜਦਾ ਕਰਦੇ ਹਨ। ਸੋ ਅੱਜ ਜਿਸ ਤਰ੍ਹਾਂ ਦੇਸ਼ ਦੇ ਕਿਸਾਨ ਨੂੰ, ਦੇਸ਼ ਦੇ ਅੰਨਦਾਤੇ ਨੂੰ ਰੋਲਿਆ ਜਾ ਰਿਹਾ ਹੈ, ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਹੱਥੀ ਕਿਰਤ ਕਮਾਉਣ ਵਾਲਾ, ਹੱਥੀ ਕਿਰਤ ਕਮਾਉਣ ਵਾਲਾ ਰੱਬ ਦਾ ਸ਼ੁਕਰ ਮਨਾਉਣ ਵਾਲਾ, ਹੱਥੀ ਕਿਰਤ ਕਮਾਉਣ ਵਾਲਾ ਰੱਬ ਦਾ ਸ਼ੁਕਰ ਮਨਾਉਣ ਵਾਲਾ, ਵੰਡ ਕੇ ਸ਼ਗਨ ਛਕਾਉਣ ਵਾਲਾ ਅੱਜ ਇਨਸਾਨ ਬੋਲਦਾ ਏ। ਸਿੱਧੀ ਕੂਕ ਅੰਬਰ ਤੱਕ ਜਾਂਦੀ ਜਦੋਂ ਕਿਸਾਨ ਬੋਲਦਾ ਏ, ਸਿੱਧੀ ਕੂਕ ਅੰਬਰ ਤੱਕ ਜਾਂਦੀ ਜਦੋਂ ਕਿਸਾਨ ਬੋਲਦਾ। ਧੰਨਵਾਦ ਜੀ।